ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਹੋਏ ਹਮਲੇ ਨੇ ਇੱਕ ਨਵਾਂ ਮੋੜ ਲੈ ਲਿਆ। ਜਦੋਂ ਥਾਣਾ ਸਿਟੀ ਪੁਲਿਸ ਨੇ ਦੂਜੀ ਧਿਰ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਏ ਗੁਰਮੀਤ ਸਿੰਘ ਦੇ ਬਿਆਨਾਂ ਤੇ ਜਥੇਦਾਰ ਕੋਲਿਆਂਵਾਲੀ ਸਣੇ ਪੰਜ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਕੋਲਿਆਂਵਾਲੀ ਵਿਰੁੱਧ ਦਰਜ ਮਾਮਲੇ ਦੀ ਕਾਰਵਾਈ ਨੇ ਸਾਬਤ ਕਰ ਦਿੱਤਾ ਕਿ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ ਹੋਇਆ ਹਮਲਾ ਇੱਕ ਪਾਸੜ ਨਹੀਂ ਸੀ, ਸਗੋਂ ਦੋਵਾਂ ਧਿਰਾਂ ਵਿਚਕਾਰ ਹੋਇਆ ਝਗੜਾ ਸੀ ਜੋ ਭਿਆਨਕ ਰੂਪ ਅਖਤਿਆਰ ਕਰ ਗਿਆ, ਜਿਸ ਨੇ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਵਿਰੁੱਧ ਹਮਲਾ ਬੋਲਣ ਦਾ ਬੈਠੇ ਬਿਠਾਏ ਮੌਕਾ ਦੇ ਦਿੱਤਾ, ਜਿਸ ਨੇ ਸੂਬੇ ਦੀ ਸਿਆਸਤ ਨੂੰ ਇੱਕ ਵਾਰ ਫਿਰ ਗੁਰਮਾ ਕੇ ਰੱਖ ਦਿੱਤਾ। ਇੱਕ ਅਸੀਂ ਤਾਂ ਜਥੇਦਾਰ ਸਾਹਿਬ ਦਾ ਜੋ ਕਿ ਬੇਟੇ ਦਾ ਨੁਕਸਾਨ ਕਰਨਾ ਹੀ ਕਰਨਾ ਮਾਰਨਾ ਹੀ, ਜਿਹੜੀ ਅਸਲੀ ਵਰੀ ਹੈ ਉਹ ਹੈ ਲਾ ਐਂਡ ਆਰਡਰ, ਜਿਹੜਾ ਜਿਸ ਦੇਸ਼ ਵਿੱਚ ਜਿਸ ਸੂਬੇ ਵਿੱਚ ਲਾ ਐਂਡ ਆਰਡਰ ਖਰਾਬ ਹੋ ਜਾਏ ਔਰ ਪਬਲਿਕ ਇਹੋ ਜਿਹੇ ਲੋਕਾਂ ਨੂੰ ਸਰਕਾਰ ਦਾ ਡਰਨਾ ਹੋਵੇ ਉਹ ਸਭ ਤੋਂ ਨੁਕਸਾਨਦੇਹ। ਥਾਣਾ ਸਿਟੀ ਪੁਲਿਸ ਨੇ ਝਗੜੇ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਗੁਰਮੀਤ ਸਿੰਘ ਪੁੱਤਰ ਗੋਰਾ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਖੁਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਬੇਟੇ ਪਰਮਿੰਦਰ ਸਿੰਘ ਕੋਲਿਆਂਵਾਲੀ, ਭਤੀਜੇ ਪ੍ਰਦੀਪ ਸਿੰਘ, ਨਵਜਿੰਦਰ ਸਿੰਘ ਮਾਨ, ਹਰਦੀਪ ਸਿੰਘ ਦੀਪਾ ਤੇ ਮੋੜ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਡੱਡੀ ਗੁਪਤਾ ਸਣੇ ਪੰਜ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਤੇ ਅਸਲਾ ਐਕਟ ਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਪੁਲਿਸ ਨੇ ਪਰਮਿੰਦਰ ਸਿੰਘ ਕੋਲਿਆਂਵਾਲੀ ਦੀ ਸ਼ਿਕਾਇਤ ਤੇ ਕਾਂਗਰਸੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਸਿੱਧੂ, ਕਾਂਗਰਸ ਦੇ ਜਨਰਲ ਸਕੱਤਰ ਸ਼ੁਭਦੀਪ ਸਿੰਘ ਬਿੱਟੂ, ਤਨਜੀਤ ਸਿੰਘ ਤੰਨਾ, ਮਨਪ ਸਿੰਘ ਮੰਨਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਸੀ। ਬਾਈ ਦੀ ਰਾਤ ਨੂੰ 8 ਵਜੇ ਝਗੜਾ ਹੋਇਆ ਸੀ ਦੋ ਪਾਰਟੀਆਂ ਦਾ, ਉਹਦੇ 'ਚ ਪਰਮਿੰਦਰ ਸਿੰਘ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕਾ ਉਹ ਦਾਖਲ ਹੋਏ ਸੀ ਬਠਿੰਡਾ, ਅਸੀਂ ਉਹਨਾਂ ਦੇ ਬਿਆਨ 'ਤੇ 175 ਨੰਬਰ FIR ਦਰਜ ਕੀਤੀ ਸੀ। ਦੂਜੀ ਪਾਰਟੀ ਵੱਲੋਂ ਜਿਹੜੇ ਦੋ ਸ਼ਖਸ ਦਾਖਲ ਹੋਏ ਸੀ, ਇੱਕ ਗੁਰਮੀਤ ਸਿੰਘ ਜਿਹੜਾ ਇਹ ਰੈਫਰ ਕਰਤਾ ਸੀ ਫਰੀਦਕੋਟ, ਅਸੀਂ ਉਹਦਾ ਬਿਆਨ ਲਿਖ ਕੇ ਜਿਹੜਾ ਉਹਦਾ ਅਸੀਂ ਲਿਖਿਆ, ਉਹਦੇ ਬਿਆਨ ਦੇ ਮੁਤਾਬਕ ਅਸੀਂ ਜਿਹੜਾ ਕਰੋਸ ਦਾ ਉਹਦਾ ਪਰਚਾ ਬਣਾਇਆ। ਇਹ 307/148/49/120 ਤਹਿਤ ਜਿਹੜਾ ਪਰਚਾ ਕਰੋਸ ਦਾ ਪਰਚਾ ਉਹਦੇ ਬਿਆਨ ਮੁਤਾਬਕ ਜਿਹੜਾ ਹੋਇਆ, ਅਤੇ ਇਹ ਜਿਹੜੇ ਪੰਜ ਛੇ ਬੰਦਿਆਂ ਨੇ ਬਾਈ ਨੇਮ ਲਿਖਾਇਆ, ਕੋਈ 3-4 ਅਣਪਛਾਤੇ। ਇਸ ਤਰ੍ਹਾਂ ਇੱਕ ਪਰਮਿੰਦਰ ਦਾ ਉਹਨਾਂ ਨਾਂ ਲਿਖਾਇਆ, ਦੂਸਰਾ ਪ੍ਰਦੀਪ ਸਿੰਘ ਹੈ, ਇੱਕ ਨਵਜਿੰਦਰ ਸਿੰਘ ਹੈ, ਹਰਦੀਪ ਸਿੰਘ ਹੈ ਇੱਕ, ਅਤੇ ਦੋ ਬੰਦੇ ਇਹਨਾਂ ਨੇ 120 ਲਿਖਾਏ ਹੈ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੱਕ MC ਹੈ ਇੱਥੋਂ ਡੱਡੀ MC ਦੇ। ਮਲੋੜ ਤੋਂ ਅਮਨਦੀਪ ਮਹਿਰਾ, ਡਾਕਟਰ ਕ੍ਰਿਸ਼ਨ ਮੈਦਾਨ ਅਤੇ ਅਮਰਨਾਥ ਸੋਨੀ ਦੀ ਰਿਪੋਰਟ।